ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲ 'ਚ ਜੈ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਨੇ ਸਵਰਾਜ ਅਭਿਆਨ ਦੇ ਕੌਮੀ ਕਨਵੀਨਰ ਯੋਗਿੰਦਰ ਯਾਦਵ। ਕੇਂਦਰ ਸਰਕਾਰ ਵੱਲੋਂ ਲਿਆਂਦੇ ਭੂਮੀ ਗ੍ਰਹਿਣ ਬਿੱਲ 2015 ਨੂੰ ਰੱਦ ਕਰਾਉਣ ਲਈ ਬਰਨਾਲਾ ਤੋਂ ਸੰਸਦ ਤੱਕ ਟਰੈਕਟਰ ਮਾਰਚ ਦੀ ਅੱਜ ਤੋਂ ਸ਼ੁਰੂਆਤ ਕੀਤੀ ਗਈ। ਕਿਸਾਨਾਂ ਦੇ ਮਸਲਿਆਂ ਨੂੰ ਸਰਕਾਰ ਸਾਹਮਣੇ ਮਜ਼ਬੂਤੀ ਨਾਲ ਰੱਖਣ ਦਾ ਦਾਅਵਾ ਇਸ ਮਾਰਚ ਰਾਹੀਂ ਯੋਗਿੰਦਰ ਯਾਦਵ ਨੇ ਕੀਤਾ। ਜੈ ਕਿਸਾਨ ਅੰਦੋਲਨ ਪਿੰਡ ਠੀਕਰੀਵਾਲ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ, ਹਰਿਆਣਾ ਤੇ ਯੂਪੀ ਦੇ ਕੁਝ ਹਿੱਸਿਆਂ ਵਿੱਚ ਹੁੰਦਾ ਹੋਇਆ 10 ਅਗਸਤ ਨੂੰ ਦਿੱਲੀ ਪਹੁੰਚੇਗਾ, ਜਿਸ ਤੋਂ ਬਾਅਦ ਦੇਸ਼ ਦੀ ਸੰਸਦ ਦਾ ਘੇਰਾਓ ਕੀਤਾ ਜਾਵੇਗਾ। ਹਮ ਕਿਸਾਨ ਕੇ ਸਵਾਲ ਕੋ ਲੈ ਕੇ ਪੂਰੇ ਦੇਸ਼ ਮੇਂ ਜਨ ਜਾਗਰਣ ਕਾ ਕਾਮ ਕਰ ਰਹੇ ਹੈ। ਆਜ ਸੇ ਚਲ ਕੇ 10 ਤਾਰੀਖ ਤੱਕ ਇਹ ਮਾਰਚ ਚਲੇਗਾ। ਪੰਜਾਬ ਸੇ ਹੋਤੇ ਹੋਏ ਹਰਿਆਣਾ ਔਰ ਪੱਛਮੀ ਉੱਤਰ ਪ੍ਰਦੇਸ਼ ਸੇ ਹੋਤੇ ਹੋਏ 10 ਤਾਰੀਖ ਕੋ ਦਿੱਲੀ ਪਹੁੰਚੇਗਾ। ਚਾਰ ਮੰਗ ਹੈ ਹਮਾਰੀ। ਪਹਿਲਾ ਕਿ ਭੂਮੀ ਅਧਿਗ੍ਰਹਿਣ ਕਾ ਜੋ ਬਿੱਲ ਮੋਦੀ ਸਰਕਾਰ ਲਾਈ ਹੈ ਇਹ ਵਾਪਸ ਲਿਆ ਜਾਏ। ਦੂਸਰਾ, ਕਿਸਾਨ ਕੋ ਕਮ ਸੇ ਕਮ ਕਿਤਨੀ ਕਮਾਈ ਹੋ ਇਸਕੀ ਗਾਰੰਟੀ ਐਸ਼ੋਰੈਂਸ ਸਰਕਾਰ ਕੀ ਤਰਫ ਸੇ ਦਿਆ ਜਾਏ। ਤੀਸਰਾ, ਕਿਸਾਨ ਕੋ ਜੋ ਨੁਕਸਾਨ ਹੋਤਾ ਹੈ ਫਸਲ ਕੋ ਉਸਕੀ ਪੂਰੀ ਭਰਪਾਈ ਹੋ। ਔਰ ਚੌਥਾ, ਜਹਾਂ ਸਰਪਲਸ ਜ਼ਮੀਨ ਹੈ, ਜਹਾਂ ਸਰਕਾਰ ਕੇ ਪਾਸ ਐਸੀ ਜ਼ਮੀਨ ਹੈ ਜਿਸਕਾ ਇਸਤੇਮਾਲ ਨਹੀਂ ਕੀਆ ਹੈ, ਵਹਾਂ ਵਹਾਂ ਭੂਮੀਹੀਨ ਕਿਸਾਨ ਕੋ 2 ਏਕੜ ਜ਼ਮੀਨ ਦੀ ਜਾਏ। ਇਨ ਚਾਰੋਂ ਮੰਗੋਂ ਕੋ ਲੈ ਕੇ ਹਮ ਸੰਸਦ ਕੀ ਤਰਫ ਜਾ ਰਹੇ ਹੈ।